ਇੱਕ ਡੇਰਾਡੂਨ ਵਿੱਚ ਨਾਸਤਿਕ ਬੰਦਾ ਜੋ ਹਰ ਸਾਲ ਮੇਰੇ ਨਾਲ ਬਹਿਸ ਕਰਦਾ ਸੀ ਕੋਈ ਰੱਬ ਨਹੀਂ, ਤੇ ਮੈਨੂੰ ਕਹਿੰਦਾ ਸੀ ਅਜੋਕੀ ਸਦੀ ਵਿੱਚ, ਇਸ 20ਵੀਂ ਸਦੀ ਵਿੱਚ ਜਿਹੜੀਆਂ ਗੱਲਾਂ ਤੁਸੀਂ ਕਰਦੇ ਪਏ ਹੋ ਅੱਜ ਦੇ ਸਮਾਜ ਤੇ ਪੂਰੀਆਂ ਨਹੀਂ ਉਤਰਦੀਆਂ। ਕਹਿਣ ਲੱਗਾ ਅੱਜ ਤੋਂ 200-400 ਸਾਲ ਪਹਿਲੇ ਕਰਦੇ ਤੇ ਗੱਲ ਸੀ, ਜ਼ਮਾਨਾ ਕਿੱਥੇ ਦਾ ਕਿੱਥੇ ਪਹੁੰਚ ਗਿਆ ਤੇ ਤੁਸੀਂ ਉਹੀ ਪੁਰਾਣੀਆਂ ਗੱਲਾਂ ਲਈ ਫਿਰਦੇ ਹੋ। ਦੁਨੀਆਂ ਨੂੰ ਕੋਈ ਨਵੀਂ ਸੇਧ ਦਿਓ, ਕੋਈ ਨਵੇਂ ਵਿਚਾਰ ਦਿਓ, ਉਹੀ ਪੁਰਾਣੀਆਂ ਗੱਲਾਂ ਕਿਸੀਆਂ ਪਿੱਠੀਆਂ ਉਹ ਕਿਉਂ ਸੁਣਾਉਂਦੇ? ਦਲੀਲਬਾਜ਼ ਬੜਾ ਸੀ, ਦਲੀਲਾਂ ਉਹ ਬੜੀਆਂ ਦੇਵੇ, ਸਿਲਸਿਲਾ ਬੜਾ। ਰੱਬ ਦੀ ਨੇਤ, ਜਦ ਦੂਸਰੇ ਸਾਲ ਮੈਂ ਗਿਆ ਤੇ ਮੈਂ ਸੁਣ ਕੇ ਹੈਰਾਨ ਹੋ ਗਿਆ ਕਿ ਉਸ ਸਿੰਘ ਦੇ ਘਰ ਅਖੰਡ ਪਾਠ ਰੱਖਿਆ ਹੋਇਆ ਪਰ ਬੜੀ ਭੀੜ ਹੈ, ਲੰਗਰ ਵੀ ਚੱਲਦਾ ਪਿਆ ਔਰ ਕੁਛ ਸੰਤ ਮੰਤ ਵੀ ਉਸਨੇ ਪੰਜਾਬ ਤੋਂ ਮੰਗਾਏ ਨੇ, ਬੜਾ ਭਾਰੀ ਇਕੱਠ ਹੈ। ਬੰਦਾ ਬੜਾ ਧਨਾੜ ਤੇ ਬੜਾ ਪ੍ਰਤਿਸ਼ਠਿਤ ਸੀ, ਉਸਦੀ ਬੜੀ ਗੱਲ ਅੰਦਰੋਂ ਨਾਸਤਿਕ। ਗੱਲ ਰਹੀ ਨਹੀਂ ਗਈ, ਜਦੇ ਮੈਂ ਸੁਣਿਆ ਤਾਂ ਸਿੱਧਾ ਮੈਂ ਦੁਕਾਨ ਤੇ ਪਹੁੰਚਿਆ ਉਸਦੀ, ਰਸਤੇ ਚ ਪੈਂਦੀ ਸੀ ਮੇਰੇ ਸ਼ਹਿਰ ਜਦ ਮੈਂ ਕਰਨ ਜਾਂਦਾ ਸੀ, ਤਾਂ ਮੈਨੂੰ ਵੇਖ ਕੇ ਬੜਾ ਖੁਸ਼ ਹੋਇਆ। ਮੈਂ ਕਿਹਾ ਪੁਰਖਾ ਮੈਂ ਸੁਣਿਆ ਤੇਰੇ ਘਰ ਅਖੰਡ ਪਾਠ ਚੱਲ ਰਿਹਾ। ਕਹਿਣ ਲੱਗੇ ਹਾਂ। ਤੇ ਮੈਂ ਕਿਹਾ ਤੂੰ ਤਾਂ ਕਈ ਸਾਲਾਂ ਤੋਂ ਖੱਪ ਪਿਆ ਮਾਰਦਾ ਸੀ, ਮੇਰਾ ਸਿਰ ਖਪਾ ਛੱਡਿਆ ਸੀ ਰੱਬ ਨਹੀਂ ਹੈ ਗੁਰੂ ਨਹੀਂ ਹੈ। ਕਹਿੰਦਾ ਮੈਂ ਤੇ ਹੁਣ ਵੀ ਕਹਿੰਦਾ ਗੁਰੂ ਨਹੀਂ ਹੈ ਰੱਬ ਨਹੀਂ ਹੈ। ਤੇ ਮੈਂ ਕਿਹਾ ਫਿਰ ਅਖੰਡ ਪਾਠ ਕਾਹਦਾ ਰਖਾਇਆ? ਕਹਿੰਦਾ ਗਿਆਨੀ ਜੀ ਇਲੈਕਸ਼ਨ ਨੇੜੇ ਆਏ ਨੇ ਤੇ ਮੈਂ ਖੜਾ ਹੋਣਾ, ਇਸ ਬਹਾਨੇ ਚ ਮੇਰਾ ਬੜਾ ਜੋ ਹੈ ਪ੍ਰੋਪੇਗੰਡਾ ਹੋ ਜਾਣਾ, ਬੜੀ ਦੁਨੀਆਂ ਆਉਣੀ ਹੈ, ਤੁਸੀਂ ਕੀ ਜਾਣੋ ਇਸ ਗੱਲ ਨੂੰ? ਉਹਨੇ ਇੰਝ ਕਹਿ ਦਿੱਤਾ। ਹੁਣ ਇਹ ਅਖੰਡ ਪਾਠ ਰਖਾਇਆ ਹੋਇਆ ਕਿਆ ਪੁੰਨ ਹੈ? ਇਹ ਲੰਗਰ ਚਲਾਇਆ ਹੋਇਆ ਕਿਆ ਪੁੰਨ ਹੈ? ਇਹ ਦਾਨ ਕੀਤਾ ਹੋਇਆ ਕਿਆ ਪੁੰਨ ਹੈ? ਵਪਾਰ ਹੈ, ਬਿਲਕੁਲ ਵਪਾਰ ਹੈ। ਕਈ ਬੰਦੇ ਧਰਮ ਨੂੰ ਇਸੇ ਢੰਗ ਨਾਲ ਇਸਤੇਮਾਲ ਕਰਦੇ ਨੇ, ਗੁਰਦੁਆਰੇ ਦਾ ਨਾਂ ਲੈਣਾ ਆਪਣੀ ਹਉਮੈ ਨੂੰ ਪੱਠੇ ਪਾਣੇ, ਧਰਮ ਦਾ ਨਾਂ ਲੈਣਾ ਆਪਣੇ ਹੰਕਾਰ ਨੂੰ ਪੱਠੇ ਪਾਣੇ, ਦਾਨ ਪੁੰਨ ਦੀ ਗੱਲ ਕਰਨੀ ਵਿੱਚੇ ਲੈਣ ਦੀ ਭਾਵਨਾ ਤੋਂ ਵਪਾਰ। ਕੋਟ ਮਧੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਇਲੈਕਸ਼ਨ ਦੇ ਦਿਨਾਂ ਚ ਮੈਂ ਦੇਖਿਆ ਕਮਿਊਨਿਸਟ ਉਹ ਵੀ ਗੁਰਦੁਆਰਿਆਂ ਚ ਆਉਣ ਲੱਗ ਪੈਂਦੇ, ਮੰਦਰਾਂ ਚ ਆਉਣ ਲੱਗ ਪੈਂਦੇ। ਇਹ ਚਲੋ ਲੋਕਾਂ ਦੇ ਕੋਲ ਹੁਣ ਰੱਬ ਦੇ ਨਾਂ ਦਾ ਹੀ ਵੋਟ ਲੈ ਲਓ, ਉਂਝ ਤੇ ਮਿਲਣਾ ਨਹੀਂ, ਉਂਝ ਤੇ ਲੋਕੀ ਜਿਹੜੇ ਆਸਤੇ ਹੋਣਗੇ ਦੇਣਗੇ ਨਹੀਂ, ਚਲੋ ਇੰਝ ਹੀ ਸਹੀ, ਇਹ ਤਾਂ ਵਪਾਰ ਹੈ, ਇਹ ਗੁਰਦੁਆਰੇ ਆਉਣਾ ਵੀ ਧੋਖਾ ਹੈ। ਲੈਣ ਦੀ ਭਾਵਨਾ ਇਤਨੀ ਪ੍ਰਧਾਨ ਹੋਵੇ ਤਾਂ ਫਿਰ ਉੱਥੇ ਪਾਪ ਹੋਵੇਗਾ ਔਰ ਉੱਥੇ ਅਪਰਾਧ ਵੀ ਜਨਮੇ।